ਬਹੁਤ ਬੈਰੀਕੇਡ ਆ ਜਿਹਦੇ ਵਿੱਚ ਇੱਕ ਡਿਫੈਂਸ ਹਮਲਾਵਰ ਅਤੇ ਦੂਜਾ ਜਿਹੜਾ ਵਾ ਇੱਕ ਦੂਜੇ ਉਧਰੋਂ ਉਹਨੂੰ ਰੋਕਣਾ, ਇਹਦੇ ਲਈ ਇਹ ਖੇਡ ਮੰਨੀ ਜਾਂਦੀ ਆ। ਇਹ ਖੇਡ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਬਖਸ਼ਿਸ਼ ਕੀਤੀ ਸੀਗੀ। ਇਸ ਖੇਡ ਦੇ ਰਾਹੀਂ ਜਿੱਥੇ ਜਿਹੜਾ ਸਿੱਖ ਆ ਆਪਣਾ ਸੈਲਫ ਡਿਫੈਂਸ ਕਰਦਾ, ਉੱਥੇ ਨਾਲ ਦੀ ਨਾਲ ਇਹ ਹਮਲਾਵਰ ਰੁੱਖ ਵੀ ਅਪਣਾ ਕੇ ਦੁਸ਼ਮਣ ਨੂੰ ਜਿਹੜੀਆਂ ਉਹ ਭਾਜਣਾ ਪਾਉਂਦਾ। ਯੋਧਿਆਂ ਦੇ ਇਤਿਹਾਸ ਨੂੰ ਬਰਕਰਾਰ ਰੱਖਣ ਵਾਸਤੇ ਆਪਣੇ ਆਪ ਦੇ ਵਿੱਚ ਥੋੜ੍ਹਾ ਜਿਹਾ ਵਾਕਫ ਹੋਈਏ ਅਤੇ ਇਹ ਗੱਲ ਬਣੀ ਕਿਸ ਤਰ੍ਹਾਂ ਸੀ। ਮੀਰੀ ਅਤੇ ਪੀਰ ਦਾ ਇਤਿਹਾਸ ਕੇ ਭੰਨਿਆ, ਉਹਦੇ ਵਿੱਚੋਂ ਗੰਭੀਰ ਦੇ ਕੋਲ ਦੂਰ ਗਈ ਅਤੇ ਮਾਤਾ ਗੰਗਾ ਜੀ ਨੂੰ ਵਰ ਦਿੱਤਾ ਕਿ ਇਸ ਸਮੇਂ ਤੋਂ ਪਹਿਲਾਂ ਇਹਦੇ ਵਿੱਚ ਅੱਜ 12 ਟੀਮਾਂ ਨੇ, ਵੱਖ ਵੱਖ ਟੀਮਾਂ ਨੇ ਜਿਹੜੀਆਂ ਉਹਨਾਂ ਨੇ ਭਾਗ ਲਿਆ ਹੈ। ਬਹੁਤ ਵਧੀਆ ਗਹਿਗਜ ਤੌਰ 'ਤੇ ਇਸ ਜੰਗਜੂ ਗੇਮ ਦੇ ਵਿੱਚ ਨੌਜਵਾਨਾਂ ਨੇ ਭਾਗ ਲੈ ਕੇ, ਟੀਮਾਂ ਨੇ ਭਾਗ ਲੈ ਕੇ ਆਪਣਾ ਪ੍ਰਦਰਸ਼ਨ ਕੀਤਾ ਹੈ। ਜੇਤੂ ਟੀਮਾਂ ਨੇ ਮਤਲਬ ਜਿਹੜੇ ਆ ਉਹ ਬਕਾਇਦਾ ਇਨਾਮ ਹਾਸਲ ਕੀਤੇ ਨੇ। ਅਸੀਂ ਇਸ ਦਿਹਾੜੇ 'ਤੇ ਸਮੁੱਚੀ ਸਾਧ ਸੰਗਤ ਨੂੰ ਵੀ ਔਰ ਇਹਨਾਂ ਜੇਤੂ ਟੀਮਾਂ ਨੂੰ ਵੀ ਵਧਾਈ ਵੀ ਦਿੰਦੇ ਹਾਂ। ਅੱਜ ਦੇ ਇਸ ਮੁਕਾਬਲੇ ਦੀ ਪਹਿਲੀ